ਇਹ ਮਾਮਲਾ ਜੀ, ਮੇਰਾ ਨਾਮ ਵਿੱਕੀ ਹੈ, ਸਹਾਰਾ ਦਿਨ ਸਵਰਕਰ ਹੈ। ਅੱਜ ਸਾਡੇ ਸਹਾਰਾ ਕੰਟਰੋਲ ਰੂਮ 98551 33333 'ਤੇ ਕੋਲ ਆਈ ਸੀ ਕਿ ਲਾਲ ਸਿੰਘ ਬਸਤੀ ਪੀਰਖਾਨੇ ਕੋਲ ਇੱਕ ਵਿਅਕਤੀ ਜਿਹੜਾ ਕਿ ਜ਼ਖਮੀ ਹਾਲਤ ਵਿੱਚ ਪਿਆ, ਜਿਹਨੂੰ ਅਸੀਂ ਚੱਕ ਕੇ ਸਿਵਲ ਹੋਸਪਿਟਲ ਲਿਆਂਦਾ ਗਿਆ ਅਤੇ ਉਹਦੀ ਹਾਲਤ ਜਿਹੜੀ ਨਾਜ਼ੁਕ ਹੈ ਅਤੇ ਡਾਕਟਰ ਇਲਾਜ ਕਰ ਰਹੇ। ਕੀ ਕਾਰਨ ਕੀ ਸੀ? ਇਹ ਕਾਰਨ ਸਰ, ਜਿਹੜੇ ਆਪਣੇ ਟਰਾਲੇ ਜਾਂਦੇ ਆ ਕਣਕ ਦੇ ਭਰੇ ਹੋਏ, ਇਹਨੇ ਚੱਲਦੇ ਟਰਾਲੇ ਤੋਂ ਬੋਰੀ ਲਾਹਣ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਟਰਾਲਾ ਤੇਜ਼ ਸੀ ਅਤੇ ਉਹਦੇ ਕਰਕੇ ਥੱਲੇ ਡਿੱਗ ਗਿਆ ਅਤੇ ਇੰਜਰ ਹੋ ਗਿਆ। ਹਾਲਾਤ ਸੱਟ ਹੈਗੇ, ਪੈਰ ਤੇ ਵੀ ਹੈਗੇ, ਚੂੜੇ ਤੇ ਵੀ ਲੱਗਦੇ, ਬਾਕੀ ਹਜੇ ਇਲਾਜ ਚੱਲ ਰਿਹਾ। ਹਾਂਜੀ, ਇੱਕ ਪੇਸ਼ੈਂਟ ਲੈ ਕੇ ਇਹਨੇ ਸਹਾਰਾ ਜਨ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਲਿਆਂਦਾ ਗਿਆ। ਉਹਨਾਂ ਦੇ ਦੱਸਣ ਮੁਤਾਬਕ ਕੋਈ ਟਰੱਕ ਵਗੈਰਾ 'ਤੇ ਚੜਿਆ ਸੀ, ਉਹ ਤੋਂ ਗਿਰ ਗਏ ਨੀਚੇ, ਅਤੇ ਬਾਕੀ ਇਗਜ਼ਾਮਿਨ ਕਰ ਰਹੇ ਹਾਂ ਅਤੇ ਇੰਜਰੀ ਵਗੈਰਾ ਉਸ ਹਿਸਾਬ ਨਾਲ ਫਿਰ ਅੱਗੇ ਟ੍ਰੀਟਮੈਂਟ ਕਰ ਰਹੇ ਹਾਂ। ਹਾਂਜੀ, ਹਾਲਾਤ ਕੀ ਲੱਗਦੇ ਮੁੰਡੇ? ਹਾਲਾਤ ਫਿਲਹਾਲ ਤਾਂ ਹਜੇ ਜਸਟ ਆਇਆ ਹੀ ਹੈ ਮਰੀਜ਼, ਅਤੇ ਉਹਦਾ ਬੀ ਪੀ ਵਗੈਰਾ ਦੇਖਦੇ ਹਾਂ, ਸਾਰਾ ਕੁਝ ਚੈੱਕ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋਊਗਾ ਵੀ ਕਿੱਦਾਂ ਦੇ ਹਾਲਾਤ ਨੇ।